बच्चे कमल। हाँ जी कमल, एक गल कहनी सी। हाँ जी बोलो। समझ नहीं आ रही किदा कमा शर्म जी आ रही है। राज, वी लव ईच अदर, ते लव च कोई भी संग शर्म नहीं हुंदी। तुसी दसो की कहना चाहुंदे हो। कौन ने थोड़े पैसे चाहिए दिया? किन्ने? आई बस 10,000 रुपये। इट्स ओके। I love you so much. Thank you. Mwah. Bye bye. ਤੈਨੂੰ ਸਾਲਿਆ ਕੀ ਅਲਾਦੀਨ ਦਾ ਚਿਰਾਗ ਲੱਭ ਗਿਆ, ਰੋਜ਼ ਹੀ ਵੀਅਰ ਹੈ। ਮੈਨੂੰ ਵੀ ਦੱਸ ਦੇਵਾ ਰਾਜ। ਰਾਜ ਰੂਜ ਕੋਈ ਨਹੀਂ ਬਾਈ, ਤੇਰੇ ਯਾਰ ਨੂੰ ਇੱਕ ਸੋਨੇ ਦਾ ਆਂਡਾ ਦੇਣ ਵਾਲੀ ਮੁੰਡੀ ਲੱਭ ਗਈ ਆ, ਇਹ ਬਸ ਉਸੇ ਦਾ ਹੀ ਕਮਾਲ ਆ। ਵਾਹ ਯਾਰ ਤੇਰੀ ਮੌਜ ਆ, ਵਿਆਹ ਤੋਂ ਪਹਿਲਾਂ ਵੀ ਤੇ ਵਿਆਹ ਤੋਂ ਬਾਅਦ ਵੀ ਨਜ਼ਾਰੇ ਹੀ ਨਜ਼ਾਰੇ। ਵਿਆਹ ਲਾਦਾ ਤੂੰ ਮੇਰੀ ਗੱਲ ਸੁਣੀ ਨਹੀਂ ਧਿਆਨ ਨਾ, ਮੈਂ ਕਿਹਾ ਮੁਰਗੀ ਜਿੰਨਾ ਚਿਰ ਆਂਡੇ ਦਿੰਦੀ ਰਹੂ ਖਾਈ ਜਾਵਾਂਗੇ। ਜਦੋਂ ਦੇਖਿਆ ਆਂਡੇ ਖਾਣ ਵਾਲੇ ਦੇ ਹੱਕ ਜਤਾਉਣਾ ਸ਼ੁਰੂ ਕਰਤਾ, ਆਪਾਂ ਚੁੱਪ ਕਰਕੇ ਧੌਣ ਮਰੋੜਨੀ, ਪੜੇ ਸੁੱਟਣੀ, ਨਵੀਂ ਲੱਭ ਲੈਣੀ। ਤੇਰਾ ਕੁਛ ਨਹੀਂ ਹੋ ਸਕਦਾ ਸਾਲਿਆ। ਗੁਰੀ ਮੇਰੀ ਗੱਲ ਸੁਣ ਧਿਆਨ ਨਾ, ਮੈਂ ਕਹਿੰਦਾ ਤੂੰ ਵੀ ਇੱਕ ਇੱਦਾਂ ਦੀ ਕੁੜੀ ਲੱਭ ਜਿਹੜਾ ਤੇਰਾ ਖਰਚਾ ਚੱਕ ਸਕੇ। ਮੇਰੀ ਤਾਂ ਯਾਰ ਕਿਸਮਤ ਹੀ ਮਾੜੀ ਹੈ, ਇੱਕ ਕੁੜੀ ਲੱਭੀ ਸੀ ਉਹ ਵੀ ਛੱਡ ਕੇ ਚਲੀ ਗਈ। ਕੀ ਗੱਲ ਗੁਰੀ, ਇੱਕ ਕੋਲਡ ਡਰਿੰਕ ਵਿੱਚ ਦੋ ਸਟ੍ਰਾ? ਕਹਿੰਦੇ ਆ ਜੂਠਾ ਪੀਣ ਨਾਲ ਪਿਆਰ ਵੱਧਦਾ। ਜੱਸੀ ਮੈਂ ਕਹਿ ਰਿਹਾ ਸੀ ਅੱਜ ਰਾਤ ਮੇਰੇ ਯਾਰ ਦੋਸਤ ਦਾਰੂ ਦੀ ਪਾਰਟੀ ਕਰਨ ਜਾ ਰਹੇ ਆ। ਠੀਕ ਹੈ, ਪਰ ਇਹ ਚੀਜ਼ਾਂ ਮੈਨੂੰ ਕਿਉਂ ਦੱਸ ਰਹੇ ਹੋ, ਮੈਂ ਕਿਹੜਾ ਡਰਿੰਕ ਕਰਦੀ ਆ? ਓ ਮੇਰਾ ਉਹ ਮਤਲਬ ਨਹੀਂ ਸੀ, ਮੈਂ ਕਹਿ ਰਿਹਾ ਸੀ ਯਾਰ ਦੋਸਤ ਦਾਰੂ ਦੀ ਪਾਰਟੀ ਕਰਨ ਕਲੱਬ ਜਾ ਰਿਹਾ ਤੇ ਘਰ ਵਿਹਲਾ, ਕਿਉਂ ਨਾ ਅੱਜ ਰਾਤ ਆਪਾਂ ਮਨੋਰੰਜਨ ਕਰੀਏ, ਯਾਰ ਦੋਸਤ ਵੀ ਖੁਸ਼, ਤੁਸੀਂ ਵੀ ਖੁਸ਼, ਮੈਂ ਤਾਂ ਦੁੱਗਣਾ ਖੁਸ਼। ਕੀ ਕਿਹਾ ਤੂੰ, ਮੇਰੇ ਨਾਲ ਫਿਜ਼ੀਕਲ ਹੋਣਾ ਚਾਹੁੰਦਾ? ਵੀ ਲਵ ਈਚ ਅਦਰ ਯਾਰ, ਅੱਜ ਕੱਲ੍ਹ ਸਭ ਕੁਝ ਜਾਇਜ਼ ਆ। ਛੀ ਤੇਰੀ ਇੰਨੀ ਘਟੀਆ ਸੋਚ, ਤੁਸੀਂ ਲੋਕ ਸਿਰਫ ਨਾਲ ਸੌਣ ਨੂੰ ਹੀ ਪਿਆਰ ਸਮਝਦੇ ਹੋ। ਗੁਰੀ ਮੈਂ ਤੈਨੂੰ ਪਿਆਰ ਕੀਤਾ ਤੇ ਤੂੰ ਮੇਰੇ ਜਿਸਮ ਨੂੰ, ਜੇ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਤਾਂ ਮੈਂ ਅੱਜ ਇੱਥੇ ਆਉਂਦੀ ਨਾ, ਤੇ ਅੱਜ ਤੱਕ ਤੂੰ ਸਿਰਫ ਮੇਰਾ ਜਿਸਮ ਪਾਉਣ ਦੇ ਲਈ ਹੀ ਮੇਰੇ ਨਾਲ ਪਿਆਰ ਦਾ ਡਰਾਮਾ ਰਚਾ ਰਿਹਾ ਸੀ। ਕੀ ਗੱਲ, ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ? ਵਿਸ਼ਵਾਸ ਵਾਲੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਗੁਰੀ ਤੂੰ। ਜੱਸੀ ਯਾਰ ਤੂੰ ਤਾਂ ਐਵੇਂ ਗੁੱਸਾ ਕਰਦੀ, ਅੱਜ ਕੱਲ ਸਭ ਆਮ ਜੀ ਗੱਲ ਹੈ। ਤੇਰੇ ਲਈ ਇਹ ਚੀਜ਼ਾਂ ਆਮ ਹੋਣੀਆਂ ਪਰ ਮੇਰੇ ਲਈ ਨਹੀਂ। ਅੱਜ ਤੋਂ ਬਾਅਦ ਮੈਨੂੰ ਗੁਰੀ ਤੇਰੀ ਕਾਲ ਨਾ ਆਵੇ। ਮੇਰਾ ਤਾਂ ਹੁਣ ਆਹੀ ਸਭ ਕੁਛ ਹੈ,
ਪਿਆਰ ਕੁੜੀਆਂ ਫਿਕਰ ਸਭ ਬਕਵਾਸ, ਤੇਰੀ ਕੀ ਸਟੋਰੀ ਹੈ, ਤੂੰ ਕੁੜੀ ਕਿਵੇਂ ਫਸਾਈ? ਪਹਿਲਾਂ ਸਰਚ ਫਿਰ ਰਿਸਰਚ, ਫਿਰ ਕਾਫੀ ਦਿਨ ਇੱਧਰ ਉੱਧਰ ਭਟਕਣ ਤੋਂ ਬਾਅਦ ਉਹ ਮੈਨੂੰ ਮਿਲੀ ਗਈ। ਬਾਹਲੀ ਕੁੱਤੀ ਜ਼ਿੰਦਗੀ ਜੀਣ ਡਿਆ ਤੂੰ। ਕਾਹਦੀ ਕੁੱਤੀ ਜ਼ਿੰਦਗੀ ਯਾਰ? ਤੇਰੇ ਦੀ ਲਿਸਟ 29 ਹੋ ਗਈਆਂ ਈ। ਉਹ ਭਰਾਵਾ ਹੁਣ ਇਸ ਮਾਮਲੇ 'ਚ ਸੈਂਚਰੀ ਮਾਰਨੀ ਆ ਤੂੰ। ਸੈਂਚਰੀ ਦਾ ਤਾਂ ਪਤਾ ਨਹੀਂ, 30 ਨੰਬਰ ਵਾਲੀ ਲਾਪੀ ਆ ਉਹ। ਕਿਤੇ ਤੇ ਆਪਣਾ ਲੁੱਚਪੁਣਾ ਛੱਡ ਦੇ। ਚੁੱਪ ਕਰ, ਆਪ ਨੂੰ ਕੋ ਕਰਨਾ ਨਹੀਂ, ਮੈਨੂੰ ਕੋ ਕਰ ਨਹੀਂ ਦੇਣਾ। ਹਵਸ ਦਾ ਪੁਜਾਰੀ ਆ ਇਹ। ਹੈਲੋ, ਐਕਸਕਿਊਜ਼ ਮੀ, ਹੈਲੋ ਮਿਸਟਰ, ਬੁਲਾ ਕੇ ਬੋਲਣਾ ਵੀ ਪੈਂਦਾ ਹੈ। ਸੌਰੀ, ਮੈਂ ਤੁਹਾਨੂੰ ਕਿਤੇ ਦੇਖਿਆ, ਤੁਸੀਂ ਉਹ ਤੇ ਨਹੀਂ ਕੈਟਰੀਨਾ ਕੈਫ ਦੀ ਸਿਸਟਰ ਜੀ? ਨਹੀਂ, ਮੇਰਾ ਨਾਮ ਕਮਲ ਹੈ। ਓ ਸੌਰੀ, ਤੁਸੀਂ ਹੈ ਹੀ ਇੰਨੇ ਸੋਹਣੇ, ਕੀ ਕਰੀਏ, ਕੋਈ ਵੀ ਭੁਲੇਖਾ ਖਾ ਜੇ। ਤੁਹਾਡੀ ਖੂਬਸੂਰਤੀ ਅੱਗੇ ਤੇ ਬਾਲੀਵੁੱਡ ਦੀਆਂ ਹੀਰੋਇਨਾਂ ਵੀ ਫੇਲ ਆ। ਫੇਰ ਕੀ, ਫਿਰ ਆਪਾਂ ਮਿੱਠੀਆਂ ਮੁੱਠੀਆਂ ਗੱਲਾਂ ਕਰਕੇ ਕੁੜੀ ਨੂੰ ਫਸਾ ਲਿਆ। ਤੈਨੂੰ ਪਤਾ ਹੀ ਆਪਣੇ ਭਰਾ ਦਾ। ਫਿਰ ਇੱਕ ਦਿਨ ਮਾਂ ਨੂੰ ਦਵਾਈ ਦਵਾਉਣ ਦੇ ਬਹਾਨੇ ਮਾਂ ਤੋਂ ਪੈਸੇ ਮੰਗ ਲਏ। ਕਮਲ, ਮੈਨੂੰ ਮਾਂ ਦੀ ਦਵਾਈ ਲਈ ਕੁਛ ਪੈਸੇ ਚਾਹੀਦੇ ਆ, ਜੇ ਹੈਗੇ ਤੇਰੇ ਕੋਲ ਤਾਂ ਦੇ ਦੇ, ਮੈਂ ਵਾਪਿਸ ਕਰ ਦੂੰਗਾ। ਕੀ ਗੱਲਾਂ ਕਰਦਾ ਰਾਜ, ਤੇਰੀ ਮਾਂ ਮੇਰੀ ਮਾਂ, ਭਲਾ ਮਾਂ ਦੀ ਦਵਾਈ ਲਈ ਦਿੱਤੇ ਹੋਏ ਪੈਸੇ ਵੀ ਕੋਈ ਵਾਪਿਸ ਮੰਗਦਾ? ਆ ਫੜ ਤੂੰ ਪੈਸੇ ਤੇ ਮਾਂ ਦਾ ਇਲਾਜ ਕਰਵਾ। ਕਿੰਨੀ ਚੰਗੀ ਹੈ ਨਾ ਕਮਲ। ਬਸ ਉਦੋਂ ਤੋਂ ਹੀ ਇਹ ਪੈਸੇ ਲੈਣ ਦਾ ਸਿਲਸਿਲਾ ਚੱਲ ਪਿਆ। ਰਾਜ, ਇੱਕ ਗੱਲ ਕਹਾਂ? ਹਾਂ ਬੋਲ। ਯਾਰ, ਜੇ ਦਾਰੂ ਦੇ ਨਾਲ ਨਾਲ ਇੱਕ ਕੁੜੀ ਦਾ ਹੱਲ ਹੋਵੇ ਨਾ, ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜੇ। ਕੁੜੀ? ਹਾਂ, ਨਹੀਂ ਨਹੀਂ, ਮੈਂ ਕੁੜੀ ਤੇ ਇੱਕ ਰੁਪਈਆ ਨਾ ਖਰਚਾ। ਰਾਜ, 5000 ਦੀ ਤਾਂ ਗੱਲ ਆ, ਆਪਾਂ ਦੋਨੇ ਭਰਾ ਸਾਰੀ ਰਾਤ ਇੰਜੋਏ ਕਰਾਂਗੇ। ਨਹੀਂ ਨਹੀਂ, ਮੈਂ ਨਹੀਂ ਦੇਣੇ। ਯਾਰ ਮੰਨ ਜਾ ਯਾਰ, ਪਲੀਜ਼। ਓ ਯਾਰ, ਚੱਲ ਠੀਕ ਆ, ਓਕੇ, ਥੈਂਕ ਯੂ ਯਾਰ। ਯੈਸ ਗੁਰੀ, ਕੋਈ ਕਰ ਕਮਾਲ ਹੈ ਤਾਂ ਭੇਜ ਦੇ। ਸਭ ਹੈ, ਬੋਲ ਚਿਹਰਾ ਚਾਹੀਦਾ, ਚੰਡੀਗੜ੍ਹ ਦਾ, ਨੇਪਾਲੀ ਦਾ, ਕਸ਼ਮੀਰ ਦਾ, ਉਹ ਅਫਰੀਕਾ, ਕੋਈ ਵੀ ਚੱਲੂ, ਬਸ ਮਾਲ ਕਰਕ ਹੋਣਾ ਚਾਹੀਦਾ। ਮਾਲ ਕਰਦਾ ਮਿਲੂਗਾ, ਬਟ ਨੋ ਡਿਸਕਾਊਂਟ।
ਕੋਈ ਗੱਲ ਨਹੀਂ ਹੈਰੀ ਬਾਈ, ਬਸ ਛੇਤੀ ਭੇਜ ਦੇ। ਠੀਕ ਹੈ, ਮੈਂ ਉਨੀ ਭੇਜਦਾ। ਥੈਂਕ ਯੂ ਬਾਈ ਹੈਰੀ। ਵੈਲਕਮ ਵੈਲਕਮ ਵੈਲਕਮ। ਹੱਲ ਤਾਂ ਬਾਈ ਹੋ ਗਿਆ, ਬਣ ਗਈ ਗੱਲ। ਬਣ ਗਈ, ਪਾ ਕੇ ਪੈਗ ਫਿਰ। ਮੇਰੀ ਗੱਲ ਸੁਣ ਯਾਰ, ਤੂੰ ਤਾਂ ਆਪਦੀ ਗੱਲ ਫਿਰ ਨਾ ਮਸਤੀ ਕਰਨਾ, ਅੱਜ ਮੈਨੂੰ ਜਾਣ ਦੇ ਯਾਰ, ਅਗਲੀ ਵਾਰੀ ਤੂੰ ਚੱਲ। ਪੈਸੇ ਨੇ ਦਿੱਤੇ ਆ, ਪੈਸੇ ਮੈਂ ਦਿੱਤੇ, ਅਗਲੀ ਵਾਰੀ ਪੈਸੇ ਦਿੱਤੇ। ਮੈਂ ਨਹੀਂ, ਮੈਂ ਜਾਣਾ। ਐਤਕੀ ਮੈਨੂੰ ਅਗਲੀ ਵਾਰੀ ਪੈਸੇ ਦਿੱਤੇ, ਅਗਲੀ ਵਾਰੀ ਜਾ ਦਵਾ ਹੋ। ਥੈਂਕ ਯੂ। ਬਚਿਆ ਕੁਛ ਰਾਤ ਦਾ? ਪੰਜ ਰੁਪਏ ਸਾਰੇ ਮਕਾਨ ਦੇ ਪੈਸੇ ਲਾਈਏ ਫਿਰ ਏਟੀਐਮ ਨੂੰ ਫੋਨ। ਹੈਲੋ। ਹਾਂਜੀ ਕਮਲ, ਮੈਂ ਤੁਹਾਨੂੰ ਮਿਲਣਾ। ਠੀਕ ਹੈ, ਮੈਂ ਇੱਥੇ ਹੀ ਰੋਜ਼ ਗਾਰਡਨ ਪਾਰਕ 'ਚ ਬੈਠੀ ਹੋਈ ਹਾਂ, ਤੁਸੀਂ ਇੱਥੇ ਹੀ ਆ ਜਾਓ। ਆ ਗਿਆ। ਹਾਂਜੀ ਰਾਜ ਬੋਲੋ, ਕੀ ਕੰਮ ਸੀ? ਮੈਨੂੰ ਕਾਹਤੋਂ ਮਿਲਣਾ ਚਾਹੁੰਦੇ ਸੀ? ਕਮਲ, ਮੈਨੂੰ ਥੋੜ੍ਹੇ ਪੈਸੇ ਚਾਹੀਦੇ ਆ। ਪੈਸੇ? ਹਾਂਜੀ, ਪਰ ਅੱਜ ਤਾਂ ਪੈਸੇ ਹੈ ਨਹੀਂ, ਮੈਂ ਕੱਲ੍ਹ ਨੂੰ ਦੇ ਦੇਵਾਂਗੀ। ਅੱਛਾ, ਹਾਂਜੀ ਚੱਲ ਕੋਈ ਨਹੀਂ, ਨੋ ਪ੍ਰੋਬਲਮ। ਹੈਲੋ ਗੁਰੀ। ਹਾਂ ਰਾਜ, ਅੱਜ ਰਾਤ ਦਾ ਕੀ ਸੀਨ ਆ? ਉਹੀ ਜੋ ਰੋਜ਼ ਹੁੰਦਾ। ਅੱਛਾ ਮੇਰੀ ਗੱਲ ਸੁਣ, ਅੱਜ ਮੇਰੇ ਤੋਂ ਪੈਸੇ ਨਹੀਂ ਹੈਗੇ ਅਤੇ ਮੇਰੀ ਗਰਲਫ੍ਰੈਂਡ ਕਹਿੰਦੀ ਕਿ ਪੈਸੇ ਤੈਨੂੰ ਦਊਂਗੀ ਕੱਲ੍ਹ, ਅਤੇ ਅੱਜ ਰਾਤ ਦਾ ਇੰਤਜ਼ਾਮ ਤੂੰ ਕਰ। ਓ ਡੋਂਟ ਬਰੀ ਬ੍ਰੋ, ਟੈਨਸ਼ਨ ਨਾ ਲੈ। ਚੱਲ ਠੀਕ ਆ। ਦਾਰੂ ਤੇ ਚਿਕਨ, ਗੱਲ ਸੋਹਣਾ, ਆਪਾਂ ਵੀ ਵੱਡਾ ਸਾਰਾ ਹੱਥ ਮਾਰੀਏ, ਦੋ ਸਾਲ ਇੱਥੇ ਹੀ ਚੱਲਦਾ ਰਹੇ। ਆਹਾ ਕੱਲ ਮੇਰੇ ਪੈਸੇ ਐਸ਼ ਕੀਤੀ ਨਾ, ਚੱਲ ਅੱਜ ਐਸ਼ ਕਰਾਉਂਦੀ ਵਾਰੀ ਤੇਰੀ। ਉਹ ਯਾਰ ਮੈਂ ਕਹਿੰਦਾ ਛੱਡ, ਆਪਾਂ ਟੀਵੀ ਦੇਖ ਕੇ ਨਜ਼ਾਰੇ ਲੈਂਦੇ ਹਾਂ। ਨੋ ਨੋ, ਆਈ ਵਾਂਟ ਗਰਲ, ਆਈ ਵਾਂਟ ਲਾਈਵ ਐਕਸਪੀਰੀਅੰਸ ਟੂਡੇ। ਸਾਲਿਆ ਆਪਣੇ ਰੀਤੀ ਨਹੀਂ,
ਮੇਰੇ ਯਾਰੀ ਟੀਵੀ, ਮੈਨੂੰ ਨਹੀਂ ਪਤਾ, ਕਰ ਦਲਾਲ ਨੂੰ ਫੋਨ ਕਰਦੇ, ਕੁੜੀ ਮੰਗਾ। ਤੁਰ ਫਿਟੇ ਮੂੰਹ ਤੁਹਾਡਾ, ਦਲਾਲਾਂ ਨੂੰ ਫੋਨ ਕਰਕੇ ਕੁੜੀਆਂ ਬੁਲਾ ਕੇ ਕੰਜਰਪੁਣਾ ਕਰਨ ਨੂੰ ਫਿਰਦੇ ਹੋ? ਬਸ਼ਰਮੋ, ਕਦੀ ਸੋਚਿਆ ਤੁਹਾਡੇ ਘਰ ਦੇ ਤੁਹਾਡੀ ਪੜ੍ਹਾਈ ਦਾ ਕਿਵੇਂ ਖਰਚਾ ਪੂਰਾ ਕਰਦੇ ਆ? ਜੇ ਕਦੇ ਤੁਹਾਡੇ ਪਰਿਵਾਰ ਚ ਕਿਸੇ ਨੂੰ ਇਹ ਕੰਮ ਕਰਨਾ ਪੈ ਗਿਆ ਫਿਰ ਕੀ ਕਰੋਗੇ? ਪੇੜ ਮਾਂ ਨੀ ਘੰਤੇ ਭੌਂਕੀ ਜਾਂਦਾ। ਜੇ ਤੁਸੀਂ ਏਦਾਂ ਹੀ ਰਹਿਣਾ ਨਾ ਤੇ ਫਿਰ ਮੈਂ ਵੀ ਤੁਹਾਡੇ ਨਾਲ ਕਦੀ ਨੀ ਬਹਿਣਾ। ਕਿਆ ਹੈਗਾ ਮੇਰੀ ਇੱਕ ਗੱਲ, ਗੱਲ ਹੀ ਨਹੀਂ ਕਰਦਾ। ਫੋਨ ਕਰ, ਫੋਨ ਕਰ ਤੂੰ। ਹੈਲੋ ਗੁਰੇ, ਅੱਜ ਕੋਈ ਨਵੀਂ ਕੁੜੀ ਚਾਹੀਦੀ ਆ। ਆਮ ਸੋਰੇ ਗੁਰੇ, ਆਲ ਗਰਲਸ ਆਰ ਬੁੱਕ। ਸੋਰੇ ਬ੍ਰੋ, ਇਟ ਇਜ਼ ਟੂ ਲੇਟ, ਨੈਕਸਟ ਟਾਈਮ ਬੈਡ ਲੱਕ। ਕੀ ਹੋਇਆ, ਕੀ ਹੋਇਆ? ਹੋਣਾ ਕੀ ਸੀ, ਸਾਰੀਆਂ ਕੁੜੀਆਂ ਬੁੱਕ ਆ। ਨੋ 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 ਨੋ, ਆਈ ਡੋਂਟ ਵਾਂਟ ਐਨੀ ਐਕਸਕਿਊਜ਼, ਆਈ ਵਾਂਟ ਗਰਲ। ਅੱਜ ਨਹੀਂ ਹੱਲ ਹੋਣਾ ਯਾਰ, ਆਪਾਂ ਕੱਲ ਨੂੰ ਦੇਖ ਲੈ। ਨੋ 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 ਨੋ, ਮੈਨੂੰ ਕੁੜੀ ਅੱਜ ਹੀ ਚਾਹੀਦੀ ਆ, ਬਸ ਕਹਿਤਾ ਤੇ ਕਹਿਤਾ। ਹਾਂ ਯਾਦ ਆਇਆ, ਖੁਸ਼ੀ ਵੀ ਤਾਂ ਹੀ ਕੰਮ ਕਰਦੀ ਆ, ਉਹਨੂੰ ਫੋਨ ਕਰ ਲੈਂਦੇ ਹਾਂ। ਤਾਂ ਵੇਖਦਾ ਕੀ ਲਾ ਫਿਰ। ਬਣ ਗਈ ਗੱਲ। ਹਾਂ ਗੁਰੀ, ਕਿਵੇਂ ਆ? ਮੈਨੂੰ ਤੇ ਮੇਰੇ ਯਾਰ ਦੋਸਤ ਨੂੰ ਅੱਜ ਰਾਤ ਖੁਸ਼ ਕਰਦੇ ਯਾਰ। ਸੋਰੀ ਗੁਰੀ, ਮੈਂ ਆਲਰੇਡੀ ਕਿਸੇ ਨਾਲ ਪਲਾਨ ਬਣਾ ਚੁੱਕੀ ਆ। ਖੁਸ਼ੀ ਯਾਰ ਪਲੀਜ਼, ਬਹੁਤ ਜ਼ਰੂਰੀ ਹੈ, ਪਲੀਜ਼ ਯਾਰ ਖੁਸ਼ੀ। ਤੂੰ ਸਮਝਦਾ ਕਿਉਂ ਨਹੀਂ ਗੁਰੀ, ਤੂੰ ਬਹੁਤ ਲੇਟ ਹੋ ਗਿਆ। ਯਾਰ ਖੁਸ਼ੀ ਪਲੀਜ਼ ਮੰਨ ਜਾ ਯਾਰ, ਬਹੁਤ ਜ਼ਰੂਰੀ ਹੈ, ਪਲੀਜ਼ ਪਲੀਜ਼ ਕੋਈ ਹੋਰ ਹੱਲ ਕਰ ਦੇ ਯਾਰ ਪਲੀਜ਼। ਮੇਰੀ ਇੱਕ ਫਰੈਂਡ ਆ ਸਿਮਰਨ, ਮੈਂ ਉਹਨੂੰ ਭੇਜ ਦਿੰਦੀ ਹਾਂ। 2000 ਮੇਰਾ, 5000 ਉਹਦਾ, ਟੋਟਲ 7000 ਲੱਗਣੇ ਆ। ਯਾਰ ਕੰਮ ਤਾਂ ਉਹਦਾ, ਤੂੰ 2000 ਕਾਹਦਾ ਕਮਿਸ਼ਨ? ਤੈਨੂੰ ਕੁੜੀ ਚਾਹੀਦੀ ਹੈ ਜਾਂ ਨਹੀਂ? ਜੇ ਕੁੜੀ ਚਾਹੀਦੀ ਆ ਤਾਂ ਕਮਿਸ਼ਨ ਦੇਣਾ ਪੈਣਾ ਤੈਨੂੰ। ਚੱਲ ਤੂੰ 7000 ਲੈ ਲਾ, ਪਰ ਕੁੜੀ ਭੇਜ ਦੇ, ਛੇਤੀ ਭੇਜ ਦੇ। ਬੜੀ ਗੱਲ ਹੈ। ਬਾਡੀ ਤਾਂ ਬੜੀ ਸੈਕਸੀ ਲੱਗਦੀ ਆ, ਆ ਫੁੱਲਾਂ ਜਾਂ ਮੂੰਹ ਕਿਉਂ ਲੁਕੋਇਆ? ਬੋਲੋ, ਇਹਨੂੰ ਕਰਾਓ ਸੋਹਣਿਆ ਦਰਸ਼ਨ। ਅੱਖਾਂ ਫਾੜ ਫਾੜ ਦੇਖਦਾ ਕਿ ਸਾਬਤੀ ਨੂੰ ਖਾਣਾ। ਮੇਰੀ ਗਰਲਫ੍ਰੈਂਡ ਆ। ਤੇਰੀ ਗਰਲਫ੍ਰੈਂਡ ਆ? ਹਾਂ। ਤੈਨੂੰ ਕੀ ਹੋਇਆ, ਤੂੰ ਕਹਿੰਦੀ ਮੇਰੇ ਕੁੱਤੇ ਹੁਣ ਡਿੱਗਣੇ ਆ, ਤੇਰੀ ਵੀ ਗਰਲਫ੍ਰੈਂਡ ਆ ਕੇ? ਮੇਰੀ ਭੈਣ ਆ। ਹੈ, ਤੇਰੀ ਇਹ ਭੈਣ? ਤੈਨੂੰ ਸ਼ਰਮ ਨਹੀਂ ਆਉਂਦੀ ਆ ਕੁਛ ਕਰਦੀ ਨੂੰ? ਮੈਂ ਤੇਰੇ ਤੋਂ ਕਿੰਨਾ ਟਰੱਸਟ ਕੀਤਾ ਤੇ ਤੂੰ ਗੱਲ ਚ ਮੂੰਹ ਮਾਰ ਰਹੀ ਆ। ਕਮਲ, ਤੂੰ ਮੇਰੀਆਂ ਨਜ਼ਰਾਂ ਤੋਂ ਗਿਰ ਗਈ ਅੱਜ। ਤੈਨੂੰ ਕਿਸ ਚੀਜ਼ ਦੀ ਘਾਟ ਸੀ?
ਤੈਨੂੰ ਬਾਹਰ ਪੜ੍ਹਨ ਲਈ ਭੇਜਿਆ ਸੀ, ਨਾ ਕੀ ਧੰਦਾ ਕਰਨ ਲਈ, ਘਰ ਦੀ ਇੱਜ਼ਤ ਤੂੰ ਮਿੱਟੀ ਚ ਰੋਲਤੀ। ਸ਼ਰਮ ਮੈਨੂੰ ਆਣੀ ਚਾਹੀਦੀ, ਸ਼ਰਮ ਤਾਂ ਤੁਹਾਨੂੰ ਦੋਵਾਂ ਨੂੰ ਆਣੀ ਚਾਹੀਦੀ। ਹੱਟੇ ਕੱਟੇ ਹੋ ਕੇ ਕੁੜੀਆਂ ਤੋਂ ਪੈਸੇ ਮੰਗਦੇ ਹੋ, ਤੇ ਰਾਜ ਜਿਸ ਗੰਦ ਦੀ ਤੂੰ ਗੱਲ ਕਰਦਾ ਹੈ ਨਾ, ਉਸ ਗੰਦ ਚ ਮੈਂ ਸ਼ੌਕ ਨਾਲ ਨਹੀਂ ਮਜਬੂਰੀ ਚ ਗਈ ਸੀ। ਤੇ ਗੁਰੀ ਤੂੰ ਤੂੰ ਕੀ ਕਹਿ ਰਿਹਾ ਕਿ ਮੈਂ ਘਰਦਿਆਂ ਦੀ ਇੱਜ਼ਤ ਰੋਲ ਰਹੀ ਹਾਂ, ਤੇ ਤੂੰ ਕਿਹੜਾ ਘਰਦਿਆਂ ਦੀ ਇੱਜ਼ਤ ਬਣਾ ਰਿਹਾ। ਬਚਪਨ ਚ ਬਾਪੂ ਜੀ ਚਲੇ ਗਏ ਪਰ ਹੁਣ ਮੈਂ ਬੇਬੇ ਨੂੰ ਜਾਂਦੇ ਨਹੀਂ ਦੇਖ ਸਕਦੀ ਸੀ। ਤੂੰ ਕਦੇ ਸੋਚਿਆ ਹੈ ਕਿ ਬੇਬੇ ਜੀ ਦੀ ਦਵਾਈ ਦਾ ਖਰਚਾ ਮੈਂ ਕਿੱਥੋਂ ਕਰਦੀ ਹਾਂ? ਕਦੇ ਤੂੰ ਸੋਚਿਆ ਹੈ ਕਿ ਮੈਂ ਆਪਣੇ ਕਾਲਜ ਦੀ ਫੀਸ ਕਿੱਥੋਂ ਭਰਦੀ ਹਾਂ?